ਤੇ ਗੱਲਬਾਤ ਹੋਈ। ਕੋਟਕਪੁਰੇ ਦਾ ਮੁੰਡਾ ਸੀਗਾ ਜੀ, ਸਾਰੀ ਰਾਤ ਦਾ ਸਾਡੇ ਇੱਥੇ ਸੌਦਾ ਕੇਂਦਰ ਹੈ ਜੀ, ਸੌਦਾ ਕੇਂਦਰ ਦੇ ਵਿੱਚ ਸਾਰੀ ਰਾਤ ਪੈ ਰਿਹਾ। ਕੜਕੇ ਸਾਡੀ ਨੂੰਹ ਰਾਣੀ ਜਾਣੀ ਕਿ ਮਤਲਬ ਦੁੱਧ ਲੈਣ ਗਈ, ਜ਼ਿਮੀਂਦਾਰਾਂ ਦੇ ਘਰੇ ਕੰਮ ਕਰਦੇ, ਤੇ ਉਹ ਦੁੱਧ ਲੈਣ ਗਈ ਦੇ ਤੇ ਜਾਣੀ ਕਿ ਮਤਲਬ ਸੌਦਾ ਕੇਂਦਰ ਦੇ ਵਿੱਚੋਂ ਨਿਕਲ ਕੇ ਮਗਰ ਲੱਗ ਗਿਆ ਜੀ। ਮਗਰ ਲੱਗਣ ਕਾਰਨ ਤੁਰਿਆ ਜਾਂਦਾ ਜੀ, ਮਗਰ ਮਗਰ ਤੁਰਿਆ ਜਾਂਦਾ ਜੀ, ਮੂਹਰੇ ਮੂਹਰੇ ਗੁੜੀਆ ਤੁਰੀ ਜਾਂਦੀ ਹੈ। ਜਾ ਕੇ ਜਾਣੀ ਕਿ ਮਤਲਬ ਵਿਚਾਲੇ ਸੱਥ ਦੇ ਉੱਤੇ ਸਾਡੇ ਜਿਨ੍ਹਾਂ ਦੇ ਘਰੇ ਕੰਮ ਕਰਦੀ ਹੈ ਕੁੜੀ, ਉਹਨਾਂ ਦੇ ਬਾਰਾਂ ਦੇ ਵਿੱਚ ਜਾ ਕੇ ਜਾਣੀ ਕਿ ਮਤਲਬ ਉਹਨੇ ਵਾਰ ਕਰਨੇ ਸ਼ੁਰੂ ਕਰਤੇ ਜੀ ਉਹਦੇ 'ਚ। ਜੋ ਵਾਰ ਕਰਨੇ ਸ਼ੁਰੂ ਕਰਤੇ ਉੱਥੇ ਕੋਈ ਦਿਸਿਆ ਨਹੀਂ ਗਾ ਜੀ, ਕੋਈ ਮਤਲਬ ਉੱਥੋਂ ਘਰੋਂ ਨਿਕਲਿਆ ਜੀ ਕੋਈ, ਉਹਨੇ ਜੋ ਦੌਕਾ ਦੁੱਕਾ ਮਾਰਿਆ ਉਹਨੂੰ, ਫਿਰ ਉਹ ਜਾਣੀ ਕਿ ਮਾਰ ਕੇ ਉਹਦੇ ਕਿਰਪਾ ਕਰਚਾ ਕੁਰਚਾ ਮਾਰ ਕੇ ਜੀ ਉਹ ਕੁੜੀ ਉੱਥੇ ਡਿੱਗ ਪਈ ਹੈ, ਤੇ ਉਹ ਜੀ ਉੱਥੋਂ ਸਿੱਟ ਕੇ ਤੇ ਭੱਜ ਗਿਆ। ਕਿੰਨੀ ਕੁ ਉਮਰ ਸੀ ਔਰ ਕੀ ਨਾਂ ਸੀਗਾ ਤੁਹਾਡੀ? ਉਹਦੀ 45 ਸਾਲ ਦੀ ਉਮਰ ਹੈ ਜੀ। ਕੀ ਨਾਂ ਸੀ? ਨਾਂ ਸੁਖਪ੍ਰੀਤ ਜੀ। ਕਿੰਨੇ ਬੱਚੇ ਉਹਦੇ? ਬੱਚੇ 3 ਹੈ ਜੀ। ਤੇ ਉਹਨਾਂ ਦੇ ਹਸਬੰਡ ਜਿਹੜੇ ਕਿੱਥੇ ਰਹਿੰਦੇ? ਉਹ ਬਾਹਰ ਰਹਿੰਦੇ ਜੀ, ਬਾਹਰ ਗਏ ਹੋਏ ਜੀ, 7-8 ਸਾਲ ਹੋ ਗਏ ਜੀ ਉਹਨਾਂ ਨੂੰ ਗਿਆ ਨੂੰ। ਕਿਹੜੀ ਕੰਟਰੀ ਗਏ? ਇਹ ਦੁਬਈ ਚ ਗਏ ਹੋਏ ਜੀ। ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਮਾਮਲਾ ਹੈ ਕਿਵੇਂ ਕਿਉਂ ਵਾਪਰਿਆ ਇਸ ਬਾਰੇ? ਇਹਦੇ ਵਾਪਰੇ ਜੀ ਬਹੁਤ ਗਲਤੀ ਹੋਇਆ, ਜਾਣੀ ਕਿ ਮਤਲਬ ਦੂਜੇ ਪਿੰਡ ਦਾ ਆ ਕੇ ਜੀ ਬੰਦਾ ਹੁਣ ਪਿੰਡ ਦੇ ਵਿੱਚ ਆ ਕੇ ਵਾਰ ਕਰੇ, ਕੋਈ ਗਲਤੀ ਹੈ ਜੀ। ਕਿੱਥੋਂ ਦਾ ਬੰਦਾ? ਇਹ ਕੋਟਕਪੁਰੇ ਦਾ ਬੰਦਾ ਜੀ। ਹੁਣ ਕੀ ਮੰਗ ਕਰਦੇ? ਮੰਗ ਅਸੀਂ ਇਹੀ ਕਰਦੇ, ਸਾਨੂੰ ਇਨਸਾਫ਼ ਹੋਣਾ ਚਾਹੀਦਾ ਜੀ ਇਸ ਚੀਜ਼ ਦਾ। ਇਹਨਾਂ ਜੀ ਸੁਖਪ੍ਰੀਤ ਕੌਰ ਇਹਨਾਂ ਦਾ ਨਾਮ ਹੈਗਾ, ਇਹਨਾਂ ਦੀ ਉਮਰ ਸੀਗੀ 45-46 ਸਾਲ ਕਰੀਬ। ਇਹ ਸਵੇਰੇ 7:45 ਦੇ ਵਿਚਕਾਰ ਟਾਈਮ ਸੀਗਾ ਜਦ ਇਹ ਆਪਣਾ ਦੁੱਧ ਲੈ ਕੇ ਆ ਰਹੇ ਸੀਗੇ, ਤਾਂ ਇਹ ਇੱਕ ਜਿਹੜਾ ਗੁਰਮੀਤ ਸਿੰਘ ਉਰਫ ਗੋਰਾ ਗੋਰੀ ਵੀ ਕਹਿ ਦਿੰਦੇ ਆ, ਇਸ 34 ਸਾਲ ਦੀ ਉਮਰ ਦਾ ਇੱਕ ਵਿਅਕਤੀ ਆ, ਇਸ ਨੇ ਜਿਹੜਾ ਹੈਗਾ ਕਿਰਚਾ ਮਾਰ ਕੇ ਉਹਨਾਂ ਦਾ ਮਰਡਰ ਕਰਤਾ ਹੈਗਾ। ਜਦ ਪੁਲਿਸ ਨੂੰ ਸੂਚਨਾ ਮਿਲੀ ਫਿਰ ਸਾਰੇ ਆਪਣਾ ਇੰਸਪੈਕਟਰ ਸੀ ਏ ਰਜੇਸ਼ ਕੁਮਾਰ ਜੀ, ਫੋਰੈਂਸਿਕ ਟੀਮ ਔਰ ਮੈਂ ਔਰ ਸੰਬੰਧਿਤ SHO ਸਾਰੇ ਅਸੀਂ ਉੱਥੇ ਮੌਕੇ 'ਤੇ ਰਸ਼ ਕੀਤਾ। ਜਦ ਉੱਥੇ ਜਾ ਕੇ ਸਾਨੂੰ ਜਿਹੜਾ ਹੈਗਾ ਬਲੱਡ ਵਗੈਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ ਸ਼ਨਾਖਤ ਹੋ ਚੁੱਕੀ ਆ, ਕਾਰਵਾਈ ਚੱਲ ਰਹੀ ਹੈਗੀ ਆ, ਤਾਂ ਇਹਨੂੰ ਦੋਸ਼ੀ ਨੂੰ ਜਲਦੀ ਫੜ ਲਵਾਂਗੇ ਜੀ। ਮੁੱਢਲੀ ਪੜਤਾਲ 'ਚ ਸਰ ਕੀ ਸਾਹਮਣੇ ਆਇਆ ਵੀ ਕਿਉਂ ਮਤਲਬ ਇਹ ਜਿਹੜਾ ਇਸ ਬੰਦੇ ਦਾ ਨਾ ਜੀ, ਉਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਕਾਫੀ ਸਮੇਂ ਤੋਂ, ਅਤੇ ਉਸ ਵਜ੍ਹਾ ਕਰਕੇ ਜਿਹੜਾ ਇਹਨਾਂ ਦਾ ਕੋਈ ਅੰਦਰੂਨੀ ਕਲੇਸ਼ ਚੱਲ ਰਿਹਾ ਸੀਗਾ ਜੀ। ਇਸ ਤਰ੍ਹਾਂ ਜੀ ਇਹ ਜਦ ਚੁੰਝ ਚਰਚਾ ਹੁੰਦੀ ਆ ਉਹਦੇ ਵਿੱਚ ਤਾਂ ਇਹ ਗੱਲਾਂ ਆ ਹੀ ਰਹੀਆਂ ਹੈਗੀਆਂ, ਪਰ ਮਤਲਬ ਆਪਾਂ ਆਵਾਜਾਈ ਕਹਿ ਸਕਦੇ ਹਾਂ। ਹੁਣ ਜੇ ਕੇਸ ਰਜਿਸਟਰ ਕੀਤਾ ਜਾ ਰਿਹਾ, ਜਿਹੜੀ ਦੂਸਰੀਆਂ ਪੁਲਿਸ ਪਾਰਟੀਆਂ ਉਹ ਆਪਣਾ ਕੰਮ ਕਰ ਰਹੀਆਂ, ਅਸੀਂ ਇਹਨਾਂ ਨੂੰ ਜਿਹੜਾ ਦੋਸ਼ੀ ਨੂੰ ਲੱਭ ਰਹੇ ਹਾਂ, ਜਲਦੀ ਗ੍ਰਿਫਤਾਰ ਕੀਤਾ ਜਾਊਗਾ ਜੀ। ਮੇਰੀ ਭਰਜਾਈ ਹੈ ਵੱਡੀ, ਅਤੇ ਜਣੀ ਵੀ ਉਹ ਕੰਮ ਕਰਨ ਗਿਆ ਜੀ, 6:30 ਦੀ ਗੱਲ ਹੈ ਜੀ। ਅਤੇ ਜਣੀ ਕੋਟਕਪੁਰੇ ਦਾ ਬੰਦਾ ਗੁਰਮੀਤ ਸਿੰਘ ਵੀ ਉਹ ਜਿੱਥੋਂ ਮਗਰ ਲੱਗ ਗਿਆ ਸਾਡੇ ਪਿੰਡੀ, ਅਤੇ ਇੱਥੇ ਸੀਗਾ, ਅਤੇ ਜਦੋਂ ਗਿਆ ਉਹਨੇ ਕੈਚਾਂ ਨੇ ਬੇਰਹਿਮੀ ਨਾਲ ਉਹਦਾ ਕਤਲ ਕਰਤਾ, ਅਤੇ ਸਾਨੂੰ ਇਨਸਾਫ਼ ਚਾਹੀਦਾ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਗੱਲ? ਸਾਨੂੰ ਇਹ ਗੱਲ ਦਾ ਵੀ ਜਣੀ ਸਾਨੂੰ ਲੋਕਾਂ ਨੇ ਦੱਸਿਆ ਵੀ ਐਂ ਕਰਕੇ ਵੀ ਆਹ ਗੱਲ ਹੈ ਵੀ ਉਹਨਾਂ ਦੇ ਬਾਰ 'ਚ ਪਈ ਆ ਮਾਰੀ, ਤੁਸੀਂ ਜਾ ਕੇ ਦੇਖੋ ਵੀ ਕਿਵੇਂ ਆ, ਜਾਂ ਮਰ ਗਈ ਆ ਜਾਂ ਜਾਂਦੀ ਹੈ, ਤੇ ਕਰਚਾ ਮਾਰ ਕੇ ਉਹਦਾ ਕਤਲ ਕੀਤਾ ਗਿਆ ਜੀ। ਮਰਨ ਵਾਲੇ ਦਾ ਕੀ ਨਾਂ ਸੀ ਔਰ ਕਿੰਨੀ ਉਮਰ ਉਹਨੇ? ਉਹਨਾਂ ਦੀ ਉਮਰ ਹੈਗੀ 45 ਸਾਲ ਜੀ, ਸੁਖਪ੍ਰੀਤ ਉਹਦਾ ਨਾਂ ਜੀ, ਤੇ ਕੋਟਕਪੁਰੇ ਦਾ ਰਹਿਣ ਵਾਲਾ ਬੰਦਾ ਉਹਦਾ ਨਾਂ ਗੁਰਮੀਤ ਸਿੰਘ ਹੈ ਜੀ। ਤੇ ਇਹਨਾਂ ਦੇ ਘਰ ਵਾਲੇ ਔਰ ਬੱਚੇ ਕਿੰਨੇ ਨੇ ਔਰ ਕਿੱਥੇ ਘਰ ਵਾਲੇ ਗਏ? ਜਿਹੜਾ ਮੇਰਾ ਬਰਾਦਰ ਆ ਉਹ ਬਾਹਰ ਵਿਦੇਸ਼ ਹੈ ਜੀ।